ਅਸਲਾਮੁ ਅਲੈਕੁਮ ਸਜਣੋ ਤੇ ਬੇਲੀਓ, ਉਮੀਦ ਕਰਨਾ ਕਿ ਸਾਰੇ ਦੋਸਤ ਅਹਬਾਬ ਅੱਲਾ ਪਾਕ ਦੇ ਫਜ਼ਲ ਤੇ ਕਰਮ ਦੇ ਨਾਲ ਹੈਰੀਅਤ ਨਾਲ ਹੁੰਦੇ। ਅੱਜ ਦਿਨ ਜੀ ਇਤਵਾਰ ਦਾ ਤੇ ਇਸ ਟਾਈਮ ਸਿਆਲਕੋਟ ਦੇ ਜ਼ਿੰਦਾ ਦਿਲ ਵਪਾਰੀ ਮੁਹੰਮਦ ਯਾਸੀਨ ਸਾਹਿਬ ਦੇ ਡੇਰੇ ਤੇ ਮੌਜੂਦ ਹਾਂ ਤੇ ਮਾਸ਼ਾਅੱਲਾ ਜੀ ਭਾਈ ਯਾਸੀਨ ਸਾਹਿਬ ਨੇ ਇੱਕ ਦਫਾ ਫਿਰ ਖੜਾ ਕੀਤਾ, ਰਿਕਾਰਡ ਕਾਇਮ ਕੀਤਾ ਦੋਸਤਾਂ ਵਾਸਤੇ। ਇੱਕ ਦੋ ਤਿੰਨ ਚਾਰ ਨਹੀਂ ਬਲਕਿ 13 ਟਾਪ ਕਲਾਸ ਅਸਲੀ ਤੇ ਨਸਲੀ ਜਾਨਵਰ ਲੈ ਕੇ ਆਏ ਨੇ ਤੇ ਮਾਸ਼ਾਅੱਲਾ ਜੀ ਭਾਈ ਯਾਸੀਨ ਦਾ ਕਹਿਣਾ ਹੈ ਕਿ ਸੱਚ ਬੋਲਣਾ ਤੇ ਪੂਰਾ ਤੁਲਣਾ, ਸਾਰੇ ਜਾਨਵਰਾਂ ਦੀ ਤਸੱਲੀ ਕਰਾਉਂਦੇ ਹਾਂ ਤੇ ਇਹਨਾਂ ਦਾ ਜਿਹੜਾ ਪਿਆਰ ਮੁਹੱਬਤ ਵਾਲਾ ਰੇਟ ਹੈ ਉਹ ਵੀ ਮਲੂਮ ਕਰਨੇ ਆ। ਭਾਈ ਯਾਸੀਨ ਸਾਹਿਬ ਆਓ ਜੀ ਸਾਹਮਣੇ ਜੀ। ਅਸਲਾਮੁ ਅਲੈਕੁਮ। ਵਾਲੇਕੁਮ ਸਲਾਮ ਜੀ। ਯਾਰ ਭਾਈ ਫਰਾਜ਼ ਠੀਕ ਹੋ? ਅੱਲਾਹ ਪਾਕ ਦਾ ਬੜਾ ਸ਼ੁਕਰ ਹੈ, ਅੱਲਾਹ ਦੀ ਜ਼ਾਤ ਦਾ ਕਰਮ ਹੈ। ਭਾਈ ਯਾਸੀਨ ਸਾਹਿਬ ਤੁਸੀਂ ਸੁਣਾਓ, ਠੀਕ ਹੋ? ਸਭ ਹੈਰੀਅਤ ਹੈ? ਅੱਲਾਹ ਦਾ ਸ਼ੁਕਰ ਹੈ, ਕਰਮ ਹੈ, ਦੁਆਵਾਂ ਨੇ। ਜਿਹੜੇ ਮੇਰੇ ਭਰਾ ਵੇਂਦੇ ਨੇ ਉਹਨਾਂ ਨੂੰ ਅਸਲਾਮੁ ਅਲੈਕੁਮ ਜੀ। ਵਾਲੇਕੁਮ ਸਲਾਮ ਜਨਾਬ ਦੇ ਡੇਰੇ ਤੇ ਆ ਕੇ ਦਿਲ ਖੁਸ਼ ਹੁੰਦਾ ਮਾਸ਼ਾਅੱਲਾ ਜੀ। ਤੁਹਾਡੀ ਵੀ ਮਿਹਨਤ ਤੇ ਹੀਰੇ ਤਲਾਸ਼ ਕਰਕੇ ਲੈ ਕੇ ਆਉਂਦੇ ਹੋ, ਇਹ ਨਹੀਂ ਕਿ ਕਹਿਣ ਦੀ ਗੱਲ ਹੈ। ਦੋਸਤ ਆ ਕੇ ਵੇਖ ਸਕਦੇ ਨੇ, ਚੰਗਾ ਸ਼ੌਕ ਕਰਾਉਂਦੇ ਹੋ ਮਾਸ਼ਾਅੱਲਾ ਜੀ। ਦੋਸਤ ਜਨਾਬ ਦੇ ਨਾਮ ਤੋਂ, ਜਨਾਬ ਦੇ ਕੰਮ ਤੋਂ ਵਾਕਫ ਨੇ ਦੋਸਤਾਂ ਨੂੰ, ਫਿਰ ਆਪਣਾ ਤੇ ਡੇਰੇ ਦਾ ਵੀ ਮੁਕੰਮਲ ਤਾਰਫ ਕਰਵਾ ਦਿਓ। ਤਹਿਸੀਲ ਪਸਰੋੜ, ਜ਼ਿਲ੍ਹਾ ਸਿਆਲਕੋਟ, ਪਿੰਡ ਸਾਡਾ ਲੜੇ, ਬਡਿਆਣੇ ਤੋਂ 2 ਕਿਲੋਮੀਟਰ, ਸੋਧਰੇ ਕੀ ਸਟਾਪ ਹੈ, ਚਵਿੰਡੇ ਤੋਂ ਸੋਧਰੇ ਕੀ ਸਟਾਪ ਹੈ, 2 ਕਿਲੋਮੀਟਰ, ਸੋਧਰੇ ਕਿ 3 ਕਿਲੋਮੀਟਰ ਸਾਡਾ ਪਿੰਡ ਹੈ ਲੜੇ। ਤੇ ਜਿਹੜੇ ਦੋਸਤ ਇਧਰੋਂ ਭਾਗਵਾਲ ਵਾਲੀ ਸਾਈਡ ਤੋਂ, ਯਾਨੀ ਕਿ ਸਿਆਲਕੋਟ ਤੋਂ ਭਾਗਵਾ ਰੋਡ ਤੇ ਆਉਣਾ ਚਾਹੁੰਦੇ ਨੇ, ਕੱਖਾਂ ਵਾਲੀ ਸਟਾਪ ਹੈ, ਉੱਥੋਂ 3 ਕਿਲੋਮੀਟਰ ਸਾਡਾ, ਠੀਕ ਹੈ। ਭਾਗਵਾ ਰੋਡ ਹੀ ਹੁਣ ਤਕਰੀਬਨ ਸਾਰਾ ਬਣ ਗਿਆ, ਥੋੜ੍ਹਾ ਜਿਹਾ ਟੁੱਟਿਆ, ਇਹ ਵੀ ਰਸਤਾ ਸਾਫ਼ ਹੈ। ਦੂਸਰਾ, ਕਹਿਣ ਦੀ ਜ਼ਰੂਰਤ ਨਹੀਂ, ਕੰਮ ਸੋਹਣਾ ਚਲਾਉਂਦੇ ਹੋ ਪੇ, ਇੱਕ ਹੀ ਕੋਸ਼ਿਸ਼ ਕਰਨੀ, ਸ਼ੌਕ ਦਾ ਮੁੱਲ ਤੇ ਹੁੰਦਾ ਨਹੀਂ। ਫਿਰ ਵੀ ਜਾਨਵਰ ਸ਼ੌਕੀਆ ਨੇ, ਜਿੰਨਾ ਹੋ ਸਕਦਾ ਦੋਸਤਾਂ ਨਾਲ ਪਿਆਰ ਮੁਹੱਬਤ ਤੇ ਚਾਹਤ ਕਰ ਲੈਣੀ। ਇਨਸ਼ਾਅੱਲਾ ਇਨਸ਼ਾਅੱਲਾ ਕਿਉਂ ਨਹੀਂ ਜੀ, ਕਰਾਈਏ ਸ਼ੌਕ। ਟੋਟਲ ਮਾਸ਼ਾਅੱਲਾ ਜੀ 11 ਝੋਟੀਆਂ ਨੇ, 2 ਗਾਵਾਂ ਨੇ, ਲਿਆਓ ਜੀ ਨੰਬਰ 1 ਵਾਲੀ ਤੇ ਸਾਰੇ ਜਾਨਵਰਾਂ ਦੀ ਤਸੱਲੀ ਕਰਾਉਣੀ ਇਨਸ਼ਾਅੱਲਾ। ਤੇ ਦੋਸਤਾਂ ਅੱਗੇ ਵੀ ਗੁਜ਼ਾਰਿਸ਼ ਹੈ, ਕਮੈਂਟ ਕਰਕੇ ਆਪਣੀ ਰਾਏ ਦਾ ਇਜ਼ਹਾਰ ਲਾਜ਼ਮੀ ਕਰਨਾ। ਜਾਨਵਰ ਸ਼ੌਕੀਆ ਨੇ ਮਾਸ਼ਾਅੱਲਾ ਜੀ, ਦੋਸਤਾਂ ਨੇ ਤਸੱਲੀ ਕਰ ਲੈਣੀ ਹੈ। ਝੋਟੀ ਨੰਬਰ 1 ਆ ਗਈ ਮਾਸ਼ਾਅੱਲਾ ਜੀ, ਕਾਲੀਆਂ ਅੱਖਾਂ ਨੇ, ਦੋਵਾਂ ਅੱਖਾਂ ਦੀ ਰੰਗਤ ਸੇਮ, ਆਹ ਚੈੱਕ ਕਰੋ ਮਾਸ਼ਾਅੱਲਾ ਜੀ, ਚਿਹਰਾ ਦੋਸਤਾਂ ਵੇਖ ਲੈਣਾ, ਸਿੰਗਰੀ ਚੈੱਕ ਕਰਨੇ ਨੇ ਜੀ। ਭਾਈ ਯਾਸੀਨ ਸਾਹਿਬ ਦੂਸਰਾ ਸੁਆ ਸੂਈ ਹੈ ਜੀ, ਲੋ ਜੀ ਦੋਸਤਾਂ ਚੈੱਕ ਕਰੋ ਮਾਸ਼ਾਅੱਲਾ ਜੀ, ਲਿਬਾਸ ਦੋਸਤਾਂ ਵੇਖ ਲੈਣਾ, ਦੂਸਰਾ ਸੁਆ ਸੂਈ। ਭਾਈ ਯਾਸੀਨ ਸਾਹਿਬ ਕਿੰਨੇ ਕੁ ਦਿਨ ਹੋ ਗਏ ਨੇ ਸੂਇਆਂ ਨੂੰ? 3 ਦਿਨ ਹੋ ਗਏ ਜੀ ਸੂਇਆਂ ਨੂੰ। 3 ਕੁ ਦਿਨ ਹੋ ਗਏ ਨੇ ਮਾਸ਼ਾਅੱਲਾ ਜੀ। ਟੋਰ ਦੋਸਤਾਂ ਵੇਖ ਲੈਣੀ ਹੈ, ਝੋਟੀ ਨੰਬਰ 1 ਸੁਆ, ਦੂਸਰਾ ਥਣ, ਸੋਹਣੇ ਲੱਗੇ ਨੇ, ਪਾਵਰਫੁਲ ਮਾਸ਼ਾਅੱਲਾ ਜੀ ਨਜ਼ਾਰਾ। ਇੱਥੇ ਖਿਲਾ ਰਿਹਾ ਜ਼ਰਾ, ਇਹ ਚੈੱਕ ਕਰੋ ਮਾਸ਼ਾਅੱਲਾ ਜੀ, ਕਾਲੀਆਂ ਅੱਖਾਂ, ਦੋਵਾਂ ਅੱਖਾਂ ਦੀ ਰੰਗ ਸੇਮ ਤੇ ਥਣ ਵੀ ਦੋਸਤਾਂ ਵੇਖਣੇ ਨੇ। ਜਾਤ ਲਿਆਓ ਜੀ ਧੁੰਨੀ, ਛੋਟੀ ਝੋਟੀ ਨੰਬਰ 1 ਜਾਤ ਲਿਆਓ, ਪੁੱਠਾ ਵੀ ਦੋਸਤਾਂ ਵੇਖਣਾ, ਸਿੰਗਲ ਹੱਡੀ ਹੈ ਮਾਸ਼ਾਅੱਲਾ ਜੀ, ਲਿਬਾਸ ਸੋਹਣਾ, ਨੰਬਰ 1 ਤੇ ਆ ਗਈ ਹੈ ਫਿਲਹਾਲ। ਬੋਲੇ ਤੇ 3 ਕੁ ਦਿਨ ਦੱਸੇ ਜੇ ਭਾਈ ਯਾਸੀਨ ਸਾਹਿਬ, ਕਿੰਨਾ ਕੁ ਬੋਲਿਆ ਤੇ ਕੋਲ ਦੋਵਾਂ ਟਾਈਮਾਂ ਦਾ ਟੋਟਲ ਬੱਚੇ ਸਮੇਤ? 9-10 ਕਿਲੋ। ਅੱਛਾ, ਟੋਟਲ ਯਾਨੀ ਹਲੇ ਫਿਲਹਾਲ 9-10 ਕਿਲੋ, ਜ਼ਿੰਦਾਬਾਦ। ਭਾਈ ਇਹਨਾਂ ਦਾ ਲਾਣ ਆਈ ਹੈ ਕਿ ਸੱਚ ਹੀ ਬੋਲਣਾ ਤੇ ਅੱਛੀ ਗੱਲ ਹੈ ਮਾਸ਼ਾਅੱਲਾ ਜੀ। ਫਿਲਹਾਲ ਜਿੰਨਾ ਹੈ ਲਿਬਾਸ ਵੇਖ ਕੇ 12-13 ਕਿਲੋ ਕਹਿਣ, ਉਹ ਗੱਲ ਅੱਛੀ ਨਹੀਂ। ਦੋਸਤ ਇਤਮਾਦ ਕਰਦੇ ਨੇ, ਪਿੱਛੇ ਤੇ ਕੱਟੀ ਹੈ, ਕੱਟੀ ਵੀ ਦੋਸਤਾਂ ਵੇਖ ਲੈਣੀ ਹੈ, ਇਹ ਚੈੱਕ ਕਰੋ ਜੀ ਧੁੰਨੀ ਐਵੇਂ ਛੋਟੀ, ਤੇ ਥਣ ਵੀ ਦੋਸਤਾਂ ਫਿਰ ਚੈੱਕ ਕਰਨੇ ਨੇ ਮਾਸ਼ਾਅੱਲਾ ਜੀ। 9-10 ਕਿਲੋ ਬੋਲਿਆ, ਲੱਤ ਭਾਈ ਪਿੱਛੇ ਕਰਾਇਓ ਜ਼ਰਾ, ਇਹ ਚੈੱਕ ਕਰ ਲਓ ਮਾਸ਼ਾਅੱਲਾ ਜੀ, ਤੇ ਮੁਕੰਮਲ ਜਸਾਮਤ ਲਾਮ ਦੋਸਤਾਂ ਚੈੱਕ ਕਰ ਲੈਣੀ, ਕਾਲੀਆਂ ਅੱਖਾਂ, ਦੋਵਾਂ ਅੱਖਾਂ ਦੀ ਰੰਗਤ ਸੇਮ, ਝੋਟੀ ਨੰਬਰ 1। ਅੱਗੂ ਜਾਨਵਰ ਹੱਡੀ ਰੱਖਣਾ, ਇੱਕ ਹੱਡੀ ਸਿੰਗਲ ਹੱਡੀ, ਬਿਲਕੁਲ ਜੀ। ਅੱਗੇ ਵੀ ਦੋਸਤਾਂ ਦੱਸਿਆ ਇਹ ਚਾਚੇਰੀ ਕਹਿ ਰਹੇ ਨੇ ਸਿੰਗਲ ਹੱਡੀ ਮਾਸ਼ਾਅੱਲਾ ਜੀ, ਇਹ ਚੈੱਕ ਕਰੋ ਜੀ ਜੀ। ਭਾਈ ਯਾਸੀਨ ਸਾਹਿਬ ਦੱਸੋ, ਭਾਈ ਯਾਰਾਂ ਨੂੰ ਨੰਬਰ 2 ਤੇ ਕਿਹੜੀ ਲਿਆਉਣੀ ਹੈ? ਲੋ ਜੀ ਦੋਸਤੋ, ਲਿਬਾਸ ਇੱਕ ਦਫਾ ਫਿਰ ਵੇਖ ਲੈਣਾ, ਨੰਬਰ 1 ਤੇ ਚੈੱਕ ਕਰਾਈਏ, ਮੁਕੰਮਲ ਤਸੱਲੀ ਹੋ ਗਈ ਜੀ। ਭਾਈ ਯਾਸੀਨ ਸਾਹਿਬ ਝੋਟੀ ਨੰਬਰ 1 ਦਾ ਰੇਟ 2,60,000 ਜੀ, 2,60,000, ਜ਼ਿੰਦਾਬਾਦ। ਲੋ ਜੀ ਦੋਸਤੋ,
ਤਸੱਲੀ ਤੁਸੀਂ ਕਰ ਲੈਣੀ ਹੈ, ਚੀਜ਼ ਅੱਛੀ ਹੈ, ਨਸਲੀ ਹੈ, ਕੀਮਤ 2,60,000 ਅੱਗੇ ਆ ਗਈ ਹੈ ਜੀ ਨੰਬਰ 2 'ਤੇ ਮਾਸ਼ਾਅੱਲਾ ਜੀ। ਇੱਥੇ ਜ਼ਰਾ ਸਿੱਧੀ ਕਰਕੇ ਖਿਲਾ ਰਹੇ ਹੋ, ਅਭੀ ਸੂਈ ਹੈ ਗੱਬਨ ਵੱਡੀ ਜਸਾਮਤ ਹੈ, ਪਹਿਲਵਾਨ ਚੀਜ਼ ਹੈ, ਵਾਹਨਾ ਡੱਬਾ ਲਾ ਮਾਸ਼ਾਅੱਲਾ ਜੀ। ਗੱਬਨ ਹੈ, ਸੂਆ ਕਿਨਵਾ ਭਾਈ ਯਾਸੀਨ ਦਾ ਤੀਸਰਾ ਢੋਰਿਓ ਜੀ, ਤੀਸਰਾ ਸੂਆ ਨੇ ਸੋਨਾ ਮਾਸ਼ਾਅੱਲਾ ਜੀ, ਨੰਬਰ 2 'ਤੇ ਆ ਗਈ ਹੈ ਵਾਹਨਾ ਡੱਬਾ ਲਾ। ਦਿਨ ਕਿੰਨੇ ਖਿਲਾਰੀ ਹੈ? 5-7 ਦਿਨ ਲੈਂਦੀ ਵੀ ਮਾਸ਼ਾਅੱਲਾ ਜੀ। ਛੋਟੀ ਜਸਾਮਤ ਨੀ, ਪਹਿਲਵਾਨ ਚੀਜ਼ ਹੈ, ਸੂਆ ਤੀਸਰਾ ਸੋਨਾ ਮਾਸ਼ਾਅੱਲਾ ਜੀ, ਨੰਬਰ 2 ਤੇ ਆ ਗਈ। ਬਿਲਕੁਲ ਜੀ, ਲਾਮੀ ਦੋਸਤਾਂ ਵੇਖ ਲੈਣੀ ਹੈ, ਬਿਲੀਆਂ ਅੱਖਾਂ, ਦੋਵਾਂ ਅੱਖਾਂ ਦੀ ਰੰਗ ਸੇਮ, ਬੱਗੀ ਮੁੱਛ ਮਾਸ਼ਾਅੱਲਾ ਜੀ। ਮੱਝ ਨੰਬਰ 2 ਇੱਥੇ ਜ਼ਰਾ ਖਿਲਾ ਰਿਹਾ ਸਿੱਧੀ ਕਰਕੇ। ਲੋ ਜੀ ਦੋਸਤੋ, ਆਹ ਚੈੱਕ ਕਰੋ ਮਾਸ਼ਾਅੱਲਾ ਜੀ, ਲਾਮ ਵੇਖ ਲੈਣੀ ਹੈ, ਵੱਡਾ ਜਾਨਵਰ ਹੈ ਮਾਸ਼ਾਅੱਲਾ ਜੀ, ਤੇ ਵਾਹਨਾ ਡੱਬਾ ਲਾ ਥਣ ਸੋਹਣੇ। ਆਹ ਚੈੱਕ ਕਰੋ ਮਾਸ਼ਾਅੱਲਾ, ਤੇ ਧੁਨੀ ਕਿੱਥੇ ਭਾਈ ਯਾਸੀਨ ਦੀ? ਨਿਸ਼ਾਨੀ ਹੈ ਜੀ, ਧੁਨੀ ਲੱਭਣੀ ਪੈਣੀ ਹੈ। ਮਾਈਕਰੋਸਕੋਪ ਵੀ ਰੱਖਿਆ ਕਰੋ ਜਿਹਦੀ ਨਾ ਨਜ਼ਰ ਆਏ ਕੋਈ ਬੰਦਾ ਵੇਖ ਲੈ। ਨੰਬਰ 2 ਤੇ ਆ ਗਈ ਮਾਸ਼ਾਅੱਲਾ ਜੀ, ਠੀਕ ਹੈ ਲੈ ਚਲੋ ਜੀ। ਤੇ ਲਿਬਾਸ ਦੋਸਤਾਂ ਫਿਰ ਵੇਖ ਲੈਣਾ ਮਾਸ਼ਾਅੱਲਾ ਜੀ, ਸੋਹਣਾ ਲਿਬਾਸ ਕਰਦੀ ਹੈ ਭਈ, ਕੱਚੀ ਹੈ, ਬਿਲਕੁਲ ਕੱਚੀ ਹੈ ਜੀ ਜੀ। 5-7 ਦਿਨ ਲੈਂਦੀ ਹੈ ਮਾਸ਼ਾਅੱਲਾ ਜੀ। ਪੁੱਠਾ ਵੀ ਦੋਸਤਾਂ ਵੇਖ ਲੈਣਾ ਜੀ ਭਾਈ ਯਾਸੀਨ ਸਾਹਿਬ, ਮੱਝ ਨੰਬਰ 2 ਦਾ ਰੇਟ 2,85,000 ਦੀ, 2,85,000 ਠੀਕ। ਅੱਗੇ ਆ ਗਈ ਮਾਸ਼ਾਅੱਲਾ ਜੀ ਨੰਬਰ 3 ਤੇ, ਸਿੰਗੀਆਂ ਛੋਟੀਆਂ, ਅੱਖਾਂ ਦੋਵੇਂ ਕਾਲੀਆਂ ਮਾਸ਼ਾਅੱਲਾ ਜੀ, ਤੇ ਚਿਹਰਾ ਬਰੀਕ ਤੇ ਲੰਬਾਈ 'ਚ, ਕੋਲੀ ਵੀ ਦੋਸਤਾਂ ਵੇਖ ਲੈਣੀ ਹੈ। ਟੋਰਿਓ ਸਰ ਜ਼ਰਾ ਜੀ ਭਾਈ ਯਾਸੀਨ ਸਾਹਿਬ, ਇਹ ਗੱਬਨ ਇੱਕ ਸੂਈ ਹੈ, ਅਭੀ ਗੱਬਨ ਹੈ ਮਾਸ਼ਾਅੱਲਾ ਜੀ, ਤੋਹਫਾ ਜੀ ਦੋਸਤਾਂ ਵਾਸਤੇ ਨੰਬਰ 3 ਤੇ ਆ ਗਈ। ਕਿੰਨਵਾਂ ਸੂਆ ਨੇ ਸੋਣਾ? ਲੰਮੀ ਰੱਖ ਟੋਰਿਓ ਜ਼ਰਾ, ਅੱਗੋਂ ਚੱਕਰ ਲਵਾ ਕੇ ਲਿਆਓ। ਦੂਸਰਾ ਸੂਆ ਨੇ ਸੋਣਾ ਮਾਸ਼ਾਅੱਲਾ ਜੀ, ਟੋਰ ਦੋਸਤਾਂ ਵੇਖ ਲੈਣੀ, ਨਜ਼ਾਰਾ ਕਰਨਾ ਮਾਸ਼ਾਅੱਲਾ ਜੀ। ਨਸਲੀ ਜਾਨਵਰ ਹੁੰਦੇ ਜਿਹੜੇ ਦੋਸਤ ਨੇ ਸ਼ੌਕ ਪੂਰਾ ਕਰਨਾ, ਭਾਈ ਯਾਸੀਨ ਸਾਹਿਬ ਦੇ ਡੇਰੇ 'ਤੇ ਆ ਸਕਦਾ। ਨੰਬਰ 3 ਤੇ ਆ ਗਈ ਇਹ ਸੂਆ, ਦੂਸਰਾ ਸੋਣਾ, ਕਾਲੀਆਂ ਅੱਖਾਂ, ਸੇਮ ਰੰਗਤ ਮਾਸ਼ਾਅੱਲਾ ਜੀ। ਖਾਣ ਵੀ ਦੋਸਤਾਂ ਵੇਖ ਲੈਣੇ ਨੇ, ਭਾਈ ਯਾਸੀਨ ਸਾਹਿਬ ਕਿੰਨੇ ਕੁ ਦਿਨ ਲੈਂਦੀ ਹੈ ਬਈ? ਇਹ ਕੋਈ 5-7 ਦਿਨ ਲੈਂਦੀ। ਟੋਰਿਓ ਜੀ 5-7 ਦਿਨ ਵੀ ਲੈਂਦੀ ਹੈ ਵੀ ਮਾਸ਼ਾਅੱਲਾ ਜੀ, ਅਤੇ ਚੀਜ਼ ਆ ਵੀ ਮਾਸ਼ਾਅੱਲਾ ਜੀ ਕਮਾਲ ਦੀ। ਨੰਬਰ ਆ ਗਈ 3 ਤੇ, ਗੱਬਨ ਝੋਟੀ ਹੈ, ਦੂਸਰਾ ਸੂਆ ਸੋਹਣਾ, 5-7 ਦਿਨ ਲੈਂਦੀ ਹੈ ਵੀ ਮਾਸ਼ਾਅੱਲਾ। ਪੁੱਠਾ ਵੀ ਦੋਸਤਾਂ ਵੇਖ ਲੈਣਾ ਜੀ ਭਾਈ ਯਾਸੀਨ ਸਾਹਿਬ, ਝੋਟੀ ਨੰਬਰ 3 ਦਾ ਰੇਟ 2,95,000 ਦੀ, ਜਿਹੜੇ ਮੇਰੇ ਭਰਾ ਨੂੰ ਪਸੰਦ ਹੋਏ। 2,95,000 2,95,000 ਦੀ ਝੋਟੀ, ਮੁੱਲ 3.5 ਕਰੋ, ਪੱਛ ਦੇ 2,95,000 ਦੀ ਦੇਵਾਂਗੇ। ਜ਼ਿੰਦਾਬਾਦ। ਲਓ ਜੀ ਦੋਸਤੋ, ਕੀਮਤ ਡਿਮਾਂਡ 2,95,000 ਅੱਗੇ ਆ ਗਈ ਹੈ ਨੰਬਰ 4 ਤੇ। ਬਿੱਲੀਆਂ ਅੱਖਾਂ ਨੇ ਮਾਸ਼ਾਅੱਲਾ ਜੀ, ਜੱਤ ਵੀ ਦੋਸਤਾਂ ਵੇਖ ਲੈਣੀ ਹੈ, ਪੱਛਮ ਚੈੱਕ ਕਰਨੀ ਹੈ, ਅਤੇ ਜਾਨਵਰ ਇੱਥੇ ਮਾਸ਼ਾਅੱਲਾ ਜੀ ਪਹਿਲਵਾਨ ਅਤੇ ਨਸਲੀ ਹੁੰਦੇ ਨੇ। ਲਵਾਇਓ ਸਰ ਚੱਕਰ ਪਰਲੀ ਸਾਈਡ 'ਤੇ ਲੈ ਚਲੋ ਜੀ ਭਾਈ ਯਾਸੀਨ ਸਾਹਿਬ, ਕੀ ਤਫਸੀਲ ਇਹਦੇ? 4-5 ਦਿਨ ਲੈ ਗਈ ਮਾਸ਼ਾਅੱਲਾ ਜੀ। ਤੀਸਰਾ ਸੂਆ ਨੇ ਸੋਹਣਾ, ਤੇ ਚਿਹਰੇ ਦੀ ਖੂਬਸੂਰਤੀ ਵੇਖਣੀ ਹੈ, ਨਕੋੜਾ ਚੈੱਕ ਕਰ ਲੈਣਾ। ਬਿੱਲੀਆਂ ਅੱਖਾਂ ਨੇ, ਦੋਵਾਂ ਅੱਖਾਂ ਦੀ ਰੰਗਤ ਸੇਮ ਹੈ ਮਾਸ਼ਾਅੱਲਾ ਜੀ, ਤੇ ਇਹ ਚੈੱਕ ਕਰੋ ਜੀ, ਥਣਾਂ ਦੀ ਵੰਡ ਵੀ ਦੋਸਤਾਂ ਵੇਖ ਲੈਣੀ, ਧੁਨੀ ਇਹਦੀ ਵੀ ਛੋਟੀ, ਸੂਆ ਤੀਸਰਾ ਮਾਸ਼ਾਅੱਲਾ। ਕੁਛ ਦੋਸਤ ਕਮੈਂਟ ਕਰਦੇ ਨੇ ਕਿ ਵਪਾਰੀਆਂ ਦਾ ਮਾਲ ਦੂਸਰੇ ਸੂਏ ਤੋਂ ਅੱਗੇ ਨਹੀਂ ਜਾਂਦਾ। ਚੌਥਾ ਜਾਨਵਰ ਚੈੱਕ ਕਰਾਉਂਦੇ ਹਾਂ, ਇੱਕ ਪਹਿਲੇ ਭਾਈ ਇਹਨਾਂ ਦੱਸਿਆ ਕਿ ਤੀਸਰਾ ਸੂਆ, ਅਤੇ ਇਹਦਾ ਵੀ ਤੀਸਰਾ ਸੂਆ, ਅਤੇ ਤੀਸਰਾ ਹੀ ਦੱਸਿਆ। 4-5 ਦਿਨ ਲੈਂਦੀ ਹੈ ਭਾਈ, ਅਤੇ ਟੋਰ ਦੋਸਤਾਂ ਫਿਰ ਚੈੱਕ ਕਰ ਲੈਣੀ ਮਾਸ਼ਾਅੱਲਾ ਜੀ। ਨੰਬਰ ਆ ਗਈ ਹੈ 4 'ਤੇ, ਪੁੱਠਾ ਵੀ ਦੋਸਤਾਂ ਵੇਖ ਲੈਣਾ, ਅੱਡੀ ਚੈੱਕ ਕਰ ਲੈਣੀ। ਇਹ ਚੈੱਕ ਕਰੋ ਮਾਸ਼ਾਅੱਲਾ ਜੀ, ਲਿਬਾਸ ਸੋਹਣਾ ਕਰਦੀ ਹੈ, ਪਿਛਲੀ ਸਾਈਡ 'ਤੇ ਨਜ਼ਰ ਆਉਂਦਾ ਪਿਆ, ਤੁਹਾਨੂੰ ਵੀ ਸੋਹਣੇ ਜੀ ਭਾਈ ਯਾਸੀਨ ਸਾਹਿਬ। ਮੱਝ ਨੰਬਰ 4 ਦਾ 2,85,000 ਦੀ, 2,85,000 ਨੰਬਰ 4 ਤੇ ਚੈੱਕ ਕਰਾਈਏ। ਅੱਗੇ ਭਾਈ ਯਾਸੀਨ ਲਿਆਓ ਜੀ ਨੰਬਰ 5 ਵਾਲੀ, ਆਹ ਚੈੱਕ ਕਰੋ ਮਾਸ਼ਾਅੱਲਾ ਜੀ, ਨੰਬਰ 5 ਤੇ ਆ ਗਈ, ਇਹਦੀਆਂ ਵੀ ਕਾਲੀਆਂ ਅੱਖਾਂ ਨੇ, ਦੋਵਾਂ ਅੱਖਾਂ ਦੀ ਰੰਗਤ ਸੇਮ ਹੈ ਮਾਸ਼ਾਅੱਲਾ ਜੀ।
ਟੋਰੇ ਸਰ ਉਧਰ ਲੈ ਚੱਲੇ ਆ ਸੂਈ ਆ ਆ ਫਿਰ ਜਾ ਤੇ ਲੈ ਆਓ ਜਾ ਜਾ ਇਧਰ ਹੀ ਆ ਜਾ ਅੱਗੇ ਲੈ ਆਓ ਅੰਕਲ ਜੀ ਦਾ ਜਾ ਤੇ ਹੁੰਦੀ ਹੈ ਨਾ ਵੀ ਜਾ ਲੈ ਆਓ ਜਿਹੜੀ ਸੂਈ ਉਹਦਾ ਜਾ ਕੋਸ਼ਿਸ਼ ਕਰੋ ਅੱਗੇ ਲਿਆਇਆ ਕਰੋ ਜ਼ਰਾ ਤਸੱਲੀ ਚੰਗੀ ਹੋਈ ਜਾਂਦੀ ਕਿਨਵਾਂ ਸੁਆ ਭਾਈ ਯਾਸੀਨ ਦਾ ਪਹਿਲਨ ਮਾਸ਼ਾਅੱਲਾ ਜੀ ਨੰਬਰ 5 ਤੇ ਆ ਗਈ ਹੈ ਪਹਿਲਨ ਝੋਟੀ ਹੈ ਲੋ ਜੀ ਦੋਸਤਾਂ ਚੈੱਕ ਕਰੋ ਮਾਸ਼ਾਅੱਲਾ ਜੀ ਨਜ਼ਾਰਾ ਦੋਸਤਾਂ ਕਰ ਲੈਣਾ ਥਣਵੀ ਚੈੱਕ ਕਰ ਲੈਣੇ ਨੇ ਪੁੱਠਾ ਦੋਸਤਾਂ ਦੇ ਸਾਹਮਣੇ ਹੱਥੇ ਖਿਲਾ ਦਿਓ ਸਰ ਕਿਦੋਂ ਦੀ ਸੂਈ ਹੈ ਭਾਈ ਯਾਸੀਨ ਸਾਹਿਬ ਹੈ ਠੀਕ ਹੈ 20-22 ਦਿਨ ਹੋ ਗਏ ਨੇ ਲਿਬਾਸ ਦੋਸਤਾਂ ਵੇਖ ਲੈਣਾ ਨੰਬਰ 5 ਤੇ ਚੈੱਕ ਕਰਾਉਂਦੇ ਹਾਂ ਆਪੇ ਅਤੇ ਥਣਵੀ ਸੋਹਣੇ ਲੱਗੇ ਨੇ ਪਾਵਰਫੁੱਲ ਸਾਰੀਆਂ ਪਹਿਲਾਂ ਝੋਟੀਆਂ ਨੇ ਹਜੇ ਥਣਵੀ ਨਹੀਂ ਲੱਗੀਆਂ ਹੁੰਦੇ ਦੁੱਧ ਕਿੰਨਾ ਹੈ ਭਾਈ ਯਾਸੀਨ ਸਾਹਿਬ ਦੇ ਕੋਲ ਦੁੱਧ 10 ਕਿਲੋ ਹੋਣਾ ਜੇ ਦੇਖੋ ਇਹ ਦੋਵਾਂ ਟਾਈਮਾਂ ਦਾ ਟੋਟਲ ਹੀ ਬੱਚੇ ਸਮੇਤ ਬੱਚੇ ਤੋਂ ਇਲਾਵਾ ਜਾ ਕੀ ਪਿੱਛੇ ਦੇ ਕੱਟੀ ਜੇ ਖਿਲਾ ਰਹੇ ਹੋ ਜੀ ਪਿੱਛੇ ਦੇ ਕੱਟੀ ਮਾਸ਼ਾਅੱਲਾ ਜੀ ਜਾ ਨੂੰ ਪਿਲਾ ਕੇ ਇੱਕ ਥਣ ਪਿਲਾਉਂਦੇ ਹੋ ਜਾ ਨੂੰ ਨਹੀਂ ਸਮਾਂ ਛੱਡੀਦਾ ਦੁੱਧ ਠੀਕ ਹੈ ਯਾਨੀ ਕਿ ਜਾ ਨੂੰ ਪਿਲਾ ਕੇ ਦੋਵਾਂ ਟਾਈਮਾਂ ਦਾ 10 ਕਿਲੋ ਦੀ ਗਰੰਟੀ ਹੋਏਗੀ ਸੂਆ ਪਹਿਲਾਂ ਅਤੇ ਮਾਸ਼ਾਅੱਲਾ ਜੀ 20-22 ਦਿਨ ਹੋ ਗਏ ਨੇ ਅਤੇ ਦੰਦਾਂ ਦੀ ਕਿੰਨੀ ਹੈ ਦੰਦਾਂ ਦੀ ਫੁੱਲ ਹੈ ਜਵਾਨ ਹੈ ਕਨੀਆਂ ਦੇ ਕੱਢ ਗਈ ਹੈ ਠੀਕ ਹੈ ਜੀ ਲੈ ਚਲੋ ਸਰ ਲੋ ਜੀ ਦੋਸਤੋ ਥਾਣੇ ਇੱਕ ਦਫ਼ਾ ਫਿਰ ਵੇਖ ਲੈਣੇ ਨੇ ਨੰਬਰ ਆ ਗਈ 5 ਅਤੇ ਝੋਟੀ ਮਾਸ਼ਾਅੱਲਾ ਜੀ ਪਹਿਲਾਂ ਨੇ ਅਤੇ 10 ਕਿਲੋ ਦੁੱਧ ਚੁਆਈ ਦਾ ਜਾ ਨੂੰ ਛੱਡ ਕੇ ਪਿੱਛੇ ਦੇ ਕੱਟੀ ਵੀ ਦੋਸਤਾਂ ਵੇਖ ਲੈਣੀ ਮਾਸ਼ਾਅੱਲਾ ਜੀ ਝੋਟੀ ਨੰਬਰ 5 ਜੀ ਭਾਈ ਯਾਸੀਨ ਸਾਹਿਬ ਚੀਜ਼ ਅੱਛੀ ਹੈ ਮਲਕ ਸਾਹਿਬ ਤੁਹਾਨੂੰ ਫਿਰ ਚੈੱਕ ਕਰਾਓ ਲੋ ਜੀ ਦੋਸਤਾਂ ਚੈੱਕ ਕਰੋ ਮਾਸ਼ਾਅੱਲਾ ਜੀ ਜੀ ਭਾਈ ਯਾਸੀਨ ਸਾਹਿਬ ਇਹ ਜਿਹੜੀ ਝੋਟੀ ਨੰਬਰ 5 ਇਹਦਾ ਰੇਟ 2,70,000 ਲੋ ਜੀ ਦੋਸਤੋ ਆਪੀ ਵੀ ਕੱਟੀ ਪਿੱਛੇ ਵੀ ਕੱਟੀ ਮਾਸ਼ਾਅੱਲਾ ਜੀ ਕੀਮਤ ਡਿਮਾਂਡ 2,70,000 ਨੰਬਰ 5 ਤੇ ਚੈੱਕ ਕਰਾਈਏ ਪਹਿਲਨ ਝੋਟੀ ਹੈ ਲਿਬਾਸ ਵੀ ਸੋਹਣਾ ਅਤੇ ਜਿਹੜਾ ਦੁੱਧ ਚੁਆਈ ਦਾ 10 ਕਿਲੋ ਅੱਗੇ ਲਿਆਓ ਜੀ ਨੰਬਰ ਆ ਗਈ ਹੈ 6 ਤੇ 5 ਕਿਲਿਆਂ ਲਓ ਜੀ ਦੋਸਤੋ ਇਹ ਚੈੱਕ ਕਰੋ ਜੀ ਚਿਹਰੇ ਖਿਲਾ ਰਹੇ ਜੀ ਇੱਥੇ ਖਿਲਾ ਰਹੇ ਇਹ ਵੀ ਜੀ ਪਿਓਰ 5 ਕਿਲਿਆਂ ਬਿੱਲੀਆਂ ਅੱਖਾਂ ਬੱਗੀ ਮੁੱਛ ਚਵੇਂ ਪੈਰ ਤੋਂ ਚੇ ਨੇ ਅਗਲੇ ਵੀ ਦੋਸਤਾਂ ਵੇਖਣੇ ਨੇ ਪਿਛਲੇ ਵੀ ਚੈੱਕ ਕਰਨੇ ਨੇ ਮਾਸ਼ਾਅੱਲਾ ਜੀ ਚਿਹਰੇ ਦੀ ਖੂਬਸੂਰਤੀ ਫਿਰ ਵੇਖ ਲੈਣੀ ਹੈ ਅਤੇ ਜਿਸਮ ਤੋਂ ਪਛਮ ਵੀ ਚੈੱਕ ਕਰਨੀ ਹੈ ਗੱਬਨ ਹੈ ਜੀ ਆ ਕਿਨਵਾਂ ਸੁਆ ਨੇ ਸੋਹਣਾ ਦੂਸਰਾ ਸੁਆ ਨੰਬਰ 6 ਤੇ ਆ ਗਈ ਹੈ ਗੱਬਨ ਮਾਸ਼ਾਅੱਲਾ ਜੀ ਅਤੇ ਦਿਨ ਕਿੰਨੇ ਕਿਲਾ ਰਹੀ ਹੈ ਦਿਨ ਕੋਈ 5-7 ਲੈ ਲੈ ਗਈ ਹੈ ਜਿਹਨਾਂ ਵੀ ਕੋਈ ਫਰਕ ਹੋ ਜੀ ਲੱਗ ਜਾਂਦਾ ਜਿਹੜੇ ਮਾਲਕ ਪਿੱਛੋਂ ਦੱਸਦੇ ਨੇ ਉਹ ਹੀ ਆਹ ਦੱਸਣੇ ਹੁੰਦੇ ਨੇ ਤੇ ਕੋਈ ਵਾਧਾ ਘਾਟਾ ਹੋ ਜਾਂਦਾ ਬਿਲਕੁਲ ਜੀ ਇੱਥੇ ਖਿਲਾ ਰਹੇ ਹੋ ਜੀ ਇਹ 5-7 ਦਿਨ ਲੈਂਦੀ ਹੈ ਭਈ ਇਹ ਜੀ ਨੇ ਕੋਈ 2 ਉੱਤੇ ਜਾਂ 2 ਥੱਲੇ ਹੋ ਸਕਦੇ ਨੇ ਸੁਆ ਨੇ ਦੂਸਰਾ ਸੁਣਿਆ ਮਾਸ਼ਾਅੱਲਾ ਜੀ ਨੰਬਰ 6 ਤੇ ਆ ਗਈ ਹੈ ਥਣ ਵੀ ਦੋਸਤਾਂ ਵੇਖ ਲੈਣੇ ਤੇ ਧੁਨੀ ਦੀ ਐਵੇਂ ਛੋਟੀ ਇਹ ਚੈੱਕ ਕਰੋ ਮਾਸ਼ਾਅੱਲਾ ਜੀ ਹਲੇ ਕੱਚੀ ਹੈ ਝੋਟੀ ਨੰਬਰ 6 5 ਕਿਲਿਆਂ ਝੋਟੀ ਹੈ ਲਾਮ ਵੀ ਦੋਸਤਾਂ ਵੇਖ ਲੈਣੀ ਹੈ ਮੁਕੰਮਲ ਨਜ਼ਾਰਾ ਕਰਨਾ ਮਾਸ਼ਾਅੱਲਾ ਜੀ ਟੋਰੇ ਸਰ ਅੱਗੋਂ ਅੰਕਲ ਰੰਗ ਤੋਂ ਨਾ ਜਾਨਵਰ ਰੈਡੀ ਰੱਖਣ ਲਓ ਜੀ ਦੋਸਤੋ ਨਜ਼ਾਰਾ ਕਰ ਲੈਣਾ ਮਾਸ਼ਾਅੱਲਾ ਜੀ ਝੋਟੀ ਨੰਬਰ 6 ਸਰ ਲੈ ਆਵੋ ਕੋਈ ਨੰਬਰ 7 ਵਾਲੀ ਲਿਆਓ ਪੁੱਠਾ ਵੀ ਦੋਸਤਾਂ ਵੇਖ ਲੈਣਾ ਮਾਸ਼ਾਅੱਲਾ ਹੈ ਹਲੇ ਕੱਚੀ ਹੈ ਚੀਜ਼ ਖੂਬਸੂਰਤ ਅਤੇ ਨਸਲੀ ਹੈ ਮਾਸ਼ਾਅੱਲਾ ਜੀ ਜੀ ਭਾਈ ਯਾਸੀਨ ਸਾਹਿਬ ਝੋਟੀ ਨੰਬਰ 6 ਦਾ ਰੇਟ 2,90,000 ਠੀਕ ਹੈ ਨੰਬਰ 6 ਤੇ ਚੈੱਕ ਕਰਾਈ ਅੱਗੇ ਆ ਗਈ ਮਾਸ਼ਾਅੱਲਾ ਜੀ ਨੰਬਰ 7 ਤੇ ਲਓ ਜੀ ਦੋਸਤੋ ਇਹ ਵੀ ਤੋਹਫਾ ਹੀ ਹੈ ਜੀ ਬਰੀਕ ਚਿਹਰਾ ਲੰਬਾਈ 'ਚ ਇਹ ਵੀ ਜ਼ਿਆਦਾ ਝੋਟੀ ਨੰਬਰ 7 ਲਵਾਇਆ ਸਰ ਜ਼ਰਾ ਚੱਕਰ ਕਿਦਾਂ ਦੀ ਸੂਈ ਹੈ ਭਾਈ ਯਾਸੀਨ ਕੱਲ ਦੀ ਸੂਈ ਹੈ ਮਾਸ਼ਾਅੱਲਾ ਜੀ ਆਹ ਚੈੱਕ ਕਰੋ ਜੀ ਬ੍ਰਾਂਡ ਹੀ ਹੈ ਮਾਸ਼ਾਅੱਲਾ ਕੱਲ ਦੀ ਸੂਈ ਹੈ ਤੇ ਭਾਈ ਯਾਸੀਨ ਕਿੰਨਵਾਂ ਸੁਆ ਸੂਈ ਹੈ ਦੂਸਰਾ ਸੁਆ ਸੂਈ ਹੈ ਮਾਸ਼ਾਅੱਲਾ ਜੀ ਲਿਬਾਸ ਦੋਸਤਾਂ ਵੇਖ ਲੈਣਾ ਨਜ਼ਾਰਾ ਦੋਸਤਾਂ ਕਰਨਾ ਜਿਸਮ ਕੁੰਜਿਆ ਮਾਸ਼ਾਅੱਲਾ ਜੀ ਖਿਲਾ ਰਹੇ ਉੱਥੇ ਤੇ
ਇੱਕ ਦਫਾ ਫਿਰ ਤਸੱਲੀ ਕਰਾਨੇ ਚੁਆਈਆਂ ਕਿੰਨੀਆਂ ਹੋਈਆਂ ਨੇ ਤੇ ਕਿੰਨਾ ਬੋਲਾ ਕੱਢਿਆ ਬੋਲਾ ਇਹਦੇ ਕੋਲੋਂ ਕੋਈ 12 13 ਲੀਟਰ ਹੋਣਾ ਜੀ ਫਿਲਹਾਲ ਟੋਟਲ ਯਾਨੀ ਕਿ ਬੱਚੇ ਸਮੇਤ ਕੋਈ ਇੱਕ ਦਿਨ ਦਾ 12 13 ਲੀਟਰ ਹੈ ਹੋਵੇ ਹਾਂਜੀ ਹਾਂਜੀ ਠੀਕ ਹੈ ਯਾਨੀ ਕਿ ਕੱਲ ਦੀ ਸੂਈ ਹੈ ਮੌਜੂਦਾ ਜਿਹੜਾ ਬੋਲਾ ਹੈ ਦੋਵਾਂ ਟਾਈਮਾਂ ਦਾ ਟੋਟਲ ਸਪਲਾਈ ਕਰਨੀ ਜੇ ਹੁਣ ਠੀਕ ਹੈ ਦੋ ਹੀ ਚੁਆਈਆਂ ਦੀਆਂ ਹੋਈਆਂ ਨੇ ਮਾਸ਼ਾਅੱਲਾ ਨਜ਼ਾਰ ਲਵਾਇਓ ਸਾਰੇ ਇੱਕ ਚੱਕਰ ਇੱਧਰ ਫਿਰ ਲਵਾਇਓ ਚੱਕਰ ਲਵਾਇਓ ਚੀਜ਼ ਜ਼ਰਾ ਨਸਲੀ ਮਾਸ਼ਾਅੱਲਾ ਦੋਸਤਾਂ ਨੂੰ ਤਸੱਲੀ ਹੋਈ ਹੈ ਪੁੱਠਾ ਦੋਸਤਾਂ ਫਿਰ ਵੇਖ ਲੈਣਾ ਝੋਟੀ ਨੰਬਰ 7 ਦੂਸਰਾ ਸੂਆ ਸੂਈ ਹੈ ਮਾਸ਼ਾਅੱਲਾ ਜੀ ਅਤੇ ਪਹਿਲਵਾਨ ਸ਼ੌਕੀਆ ਚੀਜ਼ ਹੈ ਮੌਜੂਦਾ ਜਿਹੜਾ ਬੋਲਾ ਬੋਲਾ ਦੋਵਾਂ ਟਾਈਮਾਂ ਦਾ ਟੋਟਲ ਕੋਈ 12-13 ਲੀਟਰ ਹੈ ਹੋਵੇ ਲਬਾਸ ਦੋਸਤਾਂ ਫਿਰ ਚੈੱਕ ਕਰਨਾ ਅਤੇ ਚਿਹਰਾ ਵੀ ਦੋਸਤਾਂ ਵੇਖ ਲੈਣਾ ਮਾਸ਼ਾਅੱਲਾ 18 ਸੂਏ ਦਾ ਰਿਕਾਰਡ ਹੈਗਾ ਪਹਿਲੇ ਸੂਏ ਦਾ ਮਾਸ਼ਾਅੱਲਾ ਜੀ ਠੀਕ ਹੈ ਸਰ ਲੈ ਚਲੋ ਗੁਲਿਆਓ ਨੰਬਰ 8 ਨੂੰ ਪਿੱਛੇ ਤਾਂ ਕੱਟੀ ਸੀ ਦੋਸਤਾਂ ਨੂੰ ਵੀ ਚੈੱਕ ਕਰਾ ਦਿੱਤੀ ਹੈ ਪੁੱਠਾ ਵੀ ਦੋਸਤਾਂ ਵੇਖ ਲੈਣਾ ਜੀ ਭਾਈ ਯਾਸੀਨ ਸਾਹਿਬ ਝੋਟੀ ਨੰਬਰ 7 ਦਾ ਰੇਟ 3,50,000 ਲੋ ਦੋਸਤੋ ਨਸਲੀ ਚੀਜ਼ ਹੈ ਨਜ਼ਾਰਾ ਫੇਅਰ ਕਰਨਾ ਕੀਮਤ ਡਿਮਾਂਡ 3,50,000 ਪੁੱਠਾ ਵੀ ਦੋਸਤਾਂ ਵੇਖ ਲੈਣਾ ਛੋਟੀ ਜਸਾਮਤ ਨਹੀਂ ਵੱਡੀ ਜਸਾਮਤ ਵਾਲਾ ਜਾਨਵਰ ਹੈ ਤਸੱਲੀ ਕਰਾ ਦਿੱਤੀ ਹੈ ਫਿਲਹਾਲ ਬੋਲੇ ਤੇ ਦੋ ਜਿਹੜੀਆਂ ਚੁਆਈਆਂ ਹੋਈਆਂ ਨੇ ਤੀਸਰੀ ਹਲੇ ਹੋਣੀ ਹੈ 3,50,000 ਅੱਗੇ ਆ ਗਈ ਜੀ ਨੰਬਰ 8 ਤੇ ਮਾਸ਼ਾਅੱਲਾ ਜੀ ਖਿਲਾ ਰਹਾ ਹਾਂ ਸਰ ਇੱਥੇ ਕਿੰਨਵਾਂ ਸੂਆ ਭਾਈ ਯਾਸੀਨ ਦਾ ਦੂਸਰਾ ਮਾਸ਼ਾਅੱਲਾ ਜੀ ਇਹ ਗੱਬਨ ਹੈ ਕਿ ਸੂਈ ਹੈ ਗੱਬਨ ਨੰਬਰ 8 ਤੇ ਆ ਗਈ ਮਾਸ਼ਾਅੱਲਾ ਜੀ ਤੇ ਦੂਸਰਾ ਸੂਆ ਨੇ ਸੋਹਣਾ ਗੱਬਨ ਝੋਟੀ ਹੈ ਥਾਣਾ ਦੀ ਵੰਡ ਦੋਸਤਾਂ ਵੇਖ ਲੈਣੀ ਹੈ ਮਾਸ਼ਾਅੱਲਾ ਜੀ ਸਾਰੀਆਂ ਨੂੰ ਚੱਡੇ ਡੇਡੇ ਲੱਗੇ ਨਹੀਂ ਹੁੰਦੇ ਛੋਟੀਆਂ ਹਲਕਾ ਜਿਹਾ ਚੱਕਰ ਲਵਾ ਕੇ ਲਿਆਓ ਪੁੱਠਾ ਲਿਆਓ ਸਰ ਇੱਧਰ ਹੁਣ ਚੱਕਰ ਲਵਾਓ ਲਿਆਓ ਵਾਪਸ ਦਿਨ ਕਿੰਨੇ ਕੁ ਲੈ ਰਹੀ ਹੈ 5-7 ਦਿਨ ਲੈਂਦੀ ਵੀ ਕਾਲੀਆਂ ਅੱਖਾਂ ਨੇ ਦੋਵਾਂ ਅੱਖਾਂ ਦੀ ਰੰਗਤ ਸੇਮ ਝੋਟੀ ਨੰਬਰ 8 ਗੱਬਨ ਝੋਟੀ ਹੈ ਮਾਸ਼ਾਅੱਲਾ ਜੀ ਤੇ ਨਜ਼ਾਰਾ ਦੋਸਤਾਂ ਕਰ ਲੈਣਾ ਹਾਈਟ ਵਗੈਰਾ ਵੇਖ ਲੈਣੀ ਤੇ ਲਿਬਾਸ ਚੈੱਕ ਕਰਨਾ ਮਾਸ਼ਾਅੱਲਾ ਜੀ ਨੰਬਰ ਆ ਗਈ 8 ਤੇ ਮਾਸ਼ਾਅੱਲਾ ਜੀ ਭਾਈ ਯਾਸੀਨ ਸਾਹਿਬ ਝੋਟੀ ਨੰਬਰ 8 ਦਾ ਰੇਟ ਲੈ ਚਲੋ ਸਰ ਅੱਗੇ ਲੈ ਚਲੋ ਸਰ ਉੱਥੇ ਰੇਟ ਲਵਾਉਣੇ ਪੂਰੇ 3 ਦੀ ਝੋਟੀ ਦੇ ਦੇਣਾਗੇ 3,00,000 ਦੀ 3,00,000 ਇਹ ਚੈੱਕ ਕਰੋ ਮਾਸ਼ਾਅੱਲਾ ਜੀ ਥਾਣਾ ਦੀ ਵੰਡ ਚੈੱਕ ਕਰਨੀ ਹੈ ਨੰਬਰ ਆਈ 8 ਤੇ ਕੀਮਤ ਡਿਮਾਂਡ 3,00,000 ਪੁੱਠਾ ਵੀ ਦੋਸਤਾਂ ਵੇਖ ਲੈਣਾ ਗੱਬਨ ਝੋਟੀ ਹੈ ਸੂਆ ਦੂਸਰਾ ਸੋਹਣਾ ਇਹ ਚੈੱਕ ਕਰੋ ਮਾਸ਼ਾਅੱਲਾ ਜੀ ਤੇ ਥਾਣੇ ਇੱਕ ਦਫਾ ਫਿਰ ਵੇਖ ਲੈਣਾ ਦੋਸਤੋ ਅੱਗੇ ਲਿਆਓ ਜੀ ਨੰਬਰ 9 ਵਾਲੀ ਅੱਗੇ ਆ ਗਈ ਮਾਸ਼ਾਅੱਲਾ ਜੀ ਨੰਬਰ 9 ਤੇ ਇੱਥੇ ਸਰ ਖਿਲਾਰਿਆ ਪੇਪਰਲੀ ਸਾਈਡ ਤੇ ਜੀ ਭਾਈ ਯਾਸੀਨ ਸਾਹਿਬ ਅਭੀ ਗੱਬਨ ਹੈ ਅੱਛਾ ਤਾਜ਼ੀ ਸੂਈ ਹੈ ਲਿਬਾਸ ਦੋਸਤਾਂ ਵੇਖ ਲੈਣਾ ਥਣ ਵਗੈਰਾ ਚੈੱਕ ਕਰ ਲੈਣਾ ਮਾਸ਼ਾਅੱਲਾ ਜੀ ਤੇ ਕੀ ਬੋਲਿਆ ਦੇ ਕੋਲ ਫਿਲਹਾਲ ਮੱਠਾ ਜਿਹਾ ਚੱਕਰ ਲਵਾ ਕੇ ਲਿਆ ਠੀਕ ਹੈ ਇਹ 9 ਲੀਟਰ ਇੱਕ ਚੁਆਈ ਜਿਹੜਾ ਸੁਬਾ ਕੋਈ ਮੱਠੀ ਜੀ ਭੋਲੀ ਕੀਤੀ ਉਹਦੇ ਕੋਈ ਕੱਢਿਆ ਅੱਛਾ ਇੱਕ ਯਾਨੀ ਸੁਬਾ ਚੁਆਈ ਹੋਈ ਠੀਕ ਹੈ ਲੈ ਆਓ ਸਰ ਨੰਬਰ 9 ਤੇ ਆ ਗਈ ਸੁਬਾ ਦੂਸਰਾ ਇੱਕ ਇਹਦੀ ਚੁਆਈ ਹੋਈ ਹੈ ਪਹਿਲੀ ਚੁਆਈ ਚ ਕੋਈ 9 ਲੀਟਰ ਬੋਲਾ ਕੱਢਿਆ ਜਾ ਕੇ ਪਿੱਛੇ ਦੇ ਉਹ ਜਾ ਪਰਲਾ ਉਧਰ ਹਲਵਾਇਆ ਸਾਰਾ ਚੱਕਰ ਜਾ ਵੀ ਦੋਸਤਾਂ ਚੱਕਰ ਆ ਗਈ ਨੰਬਰ 9 ਤੇ ਮਾਸ਼ਾਅੱਲਾ ਜੀ ਸੁਬਾ ਦੂਸਰਾ ਤੇ ਪਿੱਛੇ ਦੇ ਕੱਟੀ ਪਹਿਲੀ ਚੁਆਈ ਚ ਕੋਈ 9 ਕੁ ਲੀਟਰ ਬੋਲਾ ਕੱਢਿਆ ਨਜ਼ਾਰਾ ਦੋਸਤਾਂ ਫੇਰ ਕਰ ਲੈਣਾ ਪੁੱਠਾ ਵੀ ਦੋਸਤਾਂ ਵੇਖ ਲੈਣਾ ਜੀ ਕੱਚਾ ਨਾੜੂ ਹੈ ਪਿੱਛੇ ਦੇ ਕੱਟੀ ਹੈ ਨਾੜੂ ਵੀ ਦੋਸਤਾਂ ਵੇਖ ਲੈਣਾ ਮਾਸ਼ਾਅੱਲਾ ਜੀ ਝੋਟੀ ਨੰਬਰ 9 ਲੈ ਆਓ ਸਰ ਜੀ ਭਾਈ ਯਾਸੀਨ ਸਾਹਿਬ ਝੋਟੀ ਨੰਬਰ 9 ਦਾ ਰੇਟ ਅਦਰ ਸਾਹਮਣੇ ਆ ਕੇ ਲਾਣਾ ਰੇਟ
ਹਾਂਜੀ ਮਾਸ਼ਾਅੱਲਾ ਜਾਨਵਰ ਤੇ ਤੁਹਾਡੇ ਸਾਰੇ ਸ਼ੌਕੀਆਂ ਨੇ ਆਲਰੇਡੀ ਜ਼ਿਕਰ ਕੀਤਾ ਤੁਹਾਡੀ ਮਿਹਨਤ ਜੀ ਭਾਈ ਯਾਸੀਨ ਸਾਹਿਬ ਝੋਟੀ ਨੰਬਰ 9 ਦਾ ਰੇਟ ਨੰਬਰ ਦੱਸਦੇ ਆ ਗਈ ਹੈ ਸਿੰਧ ਨਸਲ ਕੱਲ ਦੀ ਸੂਈ ਹੈ ਸੁਆ ਕਿਨਵਾ ਭਾਈ ਯਾਸੀਨ ਸਾਹਿਬ ਦਾ ਤੀਸਰਾ ਸੁਆ ਮਾਸ਼ਾਅੱਲਾ ਜੀ ਚਵਾਈ ਇਹਦੀ ਵੀ ਇੱਕੀ ਹੋਈ ਹੈ ਨਹੀਂ ਇਹਦੇ ਦੋ ਚਵਾਈਆਂ ਹੋਈਆਂ ਦੋ ਚਵਾਈਆਂ ਕੀ ਕੋਈ ਬੋਲਾ ਇਹਦੇ ਕੋਲ ਦੋ ਚਵਾਈਆਂ 'ਚ ਇਹਦੇ ਕੋਲ ਬੋਲਾ ਕੋਈ ਦੋ ਹੀ ਚਵਾਈਆਂ ਹੋਈਆਂ ਨੇ ਮਾਸ਼ਾਅੱਲਾ ਜੀ ਦੋ ਚਵਾਈਆਂ 'ਚ ਕੋਈ 10 ਕੁ ਲੀਟਰ ਬੋਲਾ ਚਵਾਈ ਕੀਤੀ ਹੈ ਅੰਕਲ ਜੀ ਆਪੀ ਪਰਲੀ ਸਾਈਡ 'ਤੇ ਹੋਇਆ ਜ਼ਰਾ ਨੰਬਰ ਆ ਗਈ ਮਾਸ਼ਾਅੱਲਾ ਜੀ 10 'ਤੇ ਜਾ ਕੀ ਮਗਰ ਦੇ ਪਿੱਛੇ ਦੇ ਕੱਟਾ ਮਾਸ਼ਾਅੱਲਾ ਲੀਟਰ ਬੋਲਾ ਕੱਢੇ ਆ ਧੁੰਨੀ ਛੋਟੀ ਮਾਸ਼ਾਅੱਲਾ ਜੀ ਥਣ ਦੋਸਤਾਂ ਵੇਖ ਲੈਣੇ ਨੇ ਸਿਹਤ ਵਗੈਰਾ ਚੈੱਕ ਕਰਨੀ ਹਲਕਾ ਜਿਹਾ ਚੱਕਰ ਲਵਾ ਕੇ ਬੰਦ ਹੋਵੋ ਜੀ ਲੋ ਜੀ ਦੋਸਤੋ ਇਹ ਚੈੱਕ ਕਰੋ ਮਾਸ਼ਾਅੱਲਾ ਜੀ ਚੀਜ਼ ਵੀ ਨਸਲੀ ਹੈ ਨੰਬਰ ਦੱਸਦੇ ਆ ਗਈ ਮਾਸ਼ਾਅੱਲਾ ਲਿਬਾਸ ਵੇਖ ਕੇ ਭਾਈ ਜਿਹੜੀ ਬਹੁਤਾ ਵੀ ਬੋਲਾ ਦੱਸ ਸਕਦੇ ਲੇਕਿਨ ਜੋ ਮੌਜੂਦਾ ਸੂਟ ਧਿਆਨ ਭਾਈ ਰਾਂ ਹੀ ਦੱਸਿਆ ਠੀਕ ਹੈ ਸਰ ਲੈ ਆਵੋ ਜੀ ਝੋਟੀ ਨੰਬਰ 10 ਜੀ ਭਾਈ ਯਾਸੀਨ ਸਾਹਿਬ ਝੋਟੀ ਨੰਬਰ 10 ਦਾ ਰੇਟ 2,95,000 ਲੈ ਚਲੋ ਸਰ ਨੰਬਰ 10 'ਤੇ ਚੈੱਕ ਕਰਾਈਏ ਤਸੱਲੀ ਕਰਾ ਦਿੱਤੀ ਹੈ ਕੀਮਤ ਡਿਮਾਂਡ 2,95,000 ਮਾਸ਼ਾਅੱਲਾ ਜੀ ਨਜ਼ਾਰਾ ਫੇਅਰ ਕਰਨਾ ਪੁੱਠਾ ਵੀ ਦੋਸਤਾਂ ਚੈੱਕ ਕਰਨਾ ਸਿੰਗਲ ਹੱਡੀ ਹੈ ਅਤੇ ਲਿਬਾਸ ਦੋਸਤਾਂ ਦੇ ਸਾਹਮਣੇ ਮਾਸ਼ਾਅੱਲਾ ਅੱਗੇ ਲਿਆਓ ਜੀ ਨੰਬਰ 11 ਲਈ ਦੂਸਰਾ ਸੂਈ ਹੈ ਜੀ ਬਾਸ ਪੱਕਾ ਰੱਖ ਦੀ ਹੈ ਤੇ ਦੁੱਧ ਕਿੰਨਾ ਕੁ ਭਾਈ ਯਾਸੀਨ ਦੇ ਕੋਲ ਤਾਜ਼ੀ ਸੂਈ ਹੈ ਠੀਕ ਹੈ ਮਾਸ਼ਾਅੱਲਾ ਜੀ ਇੱਕ ਹੀ ਚਵਾਈ ਹੋਈ ਹੈ ਕੋਈ 7 ਕੁ ਲੀਟਰ ਬੋਲਾ ਪਹਿਲੀ ਚਵਾਈ 'ਚ ਥਣ ਦੋਸਤਾਂ ਵੇਖ ਲੈਣੇ ਨੇ ਮਾਸ਼ਾਅੱਲਾ ਜੀ ਅਤੇ ਸੁਆ ਕਿਨਵਾ ਭਾਈ ਯਾਸੀਨ ਦਾ ਦੂਸਰਾ ਸੁਆ ਬਿਲਕੁਲ ਇਹ ਕੱਟਾ ਪਿੱਛੇ ਦੇ ਹਾਂਜੀ ਕੱਟਾ ਬਿਲਕੁਲ ਤਾਜ਼ਾ ਨਾੜੂ ਹੈ ਇਹ ਨਾੜੂ ਦੋਸਤਾਂ ਵੇਖ ਲੈਣਾ ਪਿੱਛੇ ਦੇ ਕੱਟਾ ਝੋਟੀ ਨੰਬਰ 11 ਪਹਿਲੀ ਚਵਾਈ 'ਚ ਕੋਈ 7-7.5 ਲੀਟਰ ਇਹ ਬੋਲਾ ਕੱਢਿਆ ਲੈ ਆਵੋ ਸੈਕਟਰੀ ਸਾਹਿਬ ਕੀ ਕਰਨ ਲੱਗੇ ਨੇ ਬਿੱਲੀਆਂ ਅੱਖਾਂ ਨੇ ਮਾਸ਼ਾਅੱਲਾ ਦੋਵਾਂ ਅੱਖਾਂ ਦੀ ਰੰਗ ਸੇਮ ਹੈ ਥਣ ਦੋਸਤਾਂ ਵੇਖ ਲੈਣੇ ਨੇ ਮਾਸ਼ਾਅੱਲਾ ਜੀ ਅਤੇ ਵਾਨਾ ਵੀ ਡੱਬਾ ਲਾ ਇਹ ਚੱਕ ਡੱਬਾ ਲਾ ਅਤੇ ਧੁੰਨੀ ਵੀ ਦੋਸਤਾਂ ਦੇ ਸਾਹਮਣੇ ਠੀਕ ਹੈ ਸਰ ਲੈ ਚਲੋ ਤੁਸੀਂ ਅੰਕਲ ਜੀ ਗਾਂ ਖੋਲੋ ਜੀ ਭਾਈ ਯਾਸੀਨ ਸਾਹਿਬ ਇਹ ਝੋਟੀ ਨੰਬਰ 11 ਦਾ ਰੇਟ 2,65,000 ਦੀ 2,65,000 ਠੀਕ ਹੈ ਚਵਾਈ ਇੱਕੀ ਹੋਈ ਹੈ ਇਨਸ਼ਾ ਅੱਲਾ ਸਰ ਇਨਸ਼ਾ ਅੱਲਾ ਠੀਕ ਅੱਗੇ ਦੋ ਗਾਵਾਂ ਵੀ ਹੈ ਨੇ ਅਤੇ ਗਾਵਾਂ ਵੀ ਪਹਿਲਵਾਨ ਨੇ ਮਾਸ਼ਾ ਅੱਲਾ ਪੂਰਾ ਬ੍ਰਾਂਡ ਨੇ ਜਿਹਨੂੰ ਆਹ ਚੈੱਕ ਕਰੋ ਜੀ ਪਹਿਲਾਂ ਮੱਛੀ ਦੇ ਮੂੰਹ ਚੋਗੀ ਦੇ ਚਾਰ ਦੰਦ ਮਾਸ਼ਾ ਅੱਲਾ ਜੀ ਆਹ ਚੈੱਕ ਕਰੋ ਜੀ ਸਰਗੋ ਤੇ ਜਾਈਦਾ ਸੀ ਉੱਥੇ ਇਹੋ ਜਿਹੇ ਜਾਨਵਰ ਹੁੰਦੇ ਹਨ ਮਾਸ਼ਾਅੱਲਾ ਤੇ ਭਾਈ ਯਾਸੀਨ ਸਾਹਿਬ ਨੇ ਵੀ ਅੱਜ ਹਿੰਮਤ ਕੀਤੀ ਹੈ ਮਿਹਨਤ ਕੀਤੀ ਹੈ ਚਾਰ ਦੰਦੇ ਅੰਕਲ ਜੀ ਹੁਣ ਤੁਸੀਂ ਵੀ ਜ਼ਰਾ ਮਿਹਨਤ ਕਰਨੀ ਥੋੜ੍ਹੀ ਜ਼ਰਾ ਵੀਡੀਓ ਸੋਹਣੀ ਬਣ ਜੇ ਇੱਥੇ ਸਾਹਮਣੇ ਜ਼ਰਾ ਸਿੱਧੀ ਕਰਕੇ ਖਿਲਾਰਨੀ ਜਾ ਅੱਗੇ ਕਰ ਲੈਣਾ ਆਪੀ ਪਰਲੀ ਸਾਈਡ 'ਤੇ ਹੋਈਆਂ ਨੇ ਚਾਰ ਦੰਦੇ ਮਾਸ਼ਾਅੱਲਾ ਜੀ ਤੂੰ ਪੈ ਕਰੋ ਉੱਥੇ ਜ਼ਰਾ ਸਿੱਧੀ ਕਰੋ ਭਾਈ ਯਾਸੀਨ ਸਾਹਿਬ ਕਿੱਦਾਂ ਦੀ ਸੂਈ ਹੈ
ਬੋਲੇ ਤੇ ਦੋ ਤਿੰਨ ਦਿਨ ਹੋ ਗਏ ਨੇ। ਕਿੰਨੇ ਦੰਦ ਆ? ਚੌਕੀ ਦੇ ਮੂੰਹ ਚਾਰ ਦੰਦ। ਮਾਸ਼ਾਅੱਲਾ ਜੀ, ਪਹਿਲਾਂ ਵਹਿੜ ਲਿਬਾਸ ਦੋਸਤਾਂ ਵੇਖ ਲੈਣਾ, ਥਣ ਚੱਕਰਨੇ ਨੇ। ਉੱਚੋ ਸ਼ੁਰੂ ਵਾਲਾ ਚੱਡਾ ਨਹੀਂ ਹੈ, ਜਿਹੜਾ ਝੁਰ ਝੁਰ ਕਰਦਾ, ਦੁੱਧ ਵਾਲਾ ਚੱਡਾ ਠੋਸ ਕੁੰਜਿਆ, ਯਾਨੀ ਕਿ ਲਟਕਿਆ ਨਹੀਂ। ਹਾਂਜੀ ਹਾਂਜੀ। ਬੋਲਾ ਕਿੰਨਾ ਦੇ ਕੋਲ ਦੋਵਾਂ ਟਾਈਮਾਂ ਦਾ? ਚਾਰ ਦਿਨ ਦੇ ਸੁਆ ਪਹਿਲਾ ਵੇ ਹੈ ਵੀ ਮੋਨੀ ਹੈ, ਨਸਲੀ ਚੀਜ਼ ਹੈ ਮਾਸ਼ਾਅੱਲਾ ਜੀ। ਪਿੱਛੇ ਜਾ ਕੀ ਇਹਦੇ ਮਗਰ ਬੱਚਾ ਪਿੱਛੇ ਦੇ ਬੱਚਾ ਨਸਲ ਕੀ ਭਾਈ ਯਾਸੀਨ ਦੀ? ਫ੍ਰੀਜ਼ੀਅਨ ਜੇ। ਫ੍ਰੀਜ਼ੀਅਨ? ਹਾਂਜੀ ਫ੍ਰੀਜ਼ੀਅਨ। ਹੋਰ ਵਿੱਚ ਕੋਈ ਕ੍ਰਾਸ? ਨਹੀਂ ਨਹੀਂ। ਲੋਏ ਦੋਸਤ ਫ੍ਰੀਜ਼ੀਅਨ ਥਣ ਦੋਸਤਾਂ ਫਿਰ ਵੇਖ ਲੈਣੇ ਨੇ ਮਾਸ਼ਾਅੱਲਾ ਜੀ। ਸੂਆ ਪਹਿਲਾ ਚਾਰ ਦੰਦ ਫਿਲਹਾਲ ਬੋਲੇ ਤੇ, ਉਹਨਾਂ ਵੈਸੇ ਬੋਲਾ ਕਿੰਨਾ ਦੱਸਿਆ ਅੱਜ ਇਹਨਾਂ ਕੋਲ ਲਈ ਜੇ? ਉਹਨਾਂ ਦੱਸਿਆ ਕੋਈ 12 13 ਲੀਟਰ ਹੈ ਬੋਲਾ ਫਿਲਹਾਲ। ਇਹ ਇਹਨਾਂ ਦੇ ਫਿਰ ਹੱਸ ਕੇ ਹੋਏ ਦਾ? ਹਾਂਜੀ ਹਾਂਜੀ ਠੀਕ ਹੈ, ਲੈ ਆਓ ਸਰ ਇੱਧਰ ਜੀ। ਭਾਈ ਯਾਸੀਨ ਸਾਹਿਬ, ਵੈੜ ਨੰਬਰ 1 ਦਾ ਰੇਟ? ਵੈੜ ਮੁੱਲ ਕੱਦ ਵੇਖੋ, ਵੈੜ ਦਾ ਸਾਰੇ ਵੈੜਾਂ ਵਿੱਚ ਕੱਦ ਨਹੀਂ ਹੁੰਦੇ ਕੋਈ ਵੀ। ਜੀ ਜੀ। ਮੁੱਲ ਕਰਨ ਨੂੰ ਪਤਾ ਜਿੰਨਾ ਮਰਜ਼ੀ ਕਰੀ ਜਾਏ, ਜਿੰਨਾ ਹੀ ਦੇਹੜ ਨਹੀਂ ਹੈ, 3.5 ਲੱਖ ਦੀ ਵੈੜ ਦੇਖਾਂਗੇ ਜਿਹੜੇ ਮੇਰਾ ਭਰਾ। 3,50,000? 3,50,000 ਠੀਕ ਹੈ। ਫਿਲਹਾਲ ਬੋਲੇ ਤੇ ਵੇ ਭਾਈ ਰਾਜੀ ਖਰੀਦ ਕੇ ਲਿਆਂਦੀ ਹੈ ਮਾਸ਼ਾਅੱਲਾ ਜੀ। ਚਾਰ ਦੰਦੇ ਹੈ ਨਸਲੀ ਤੇ ਫ੍ਰੀਜ਼ੀਅਨ, ਪਿੱਛੇ ਦੇ ਬੱਚਾ ਦੋਸਤਾਂ ਨੂੰ ਵੀ ਚੱਕ ਕਰਾਇਆ। ਚੌਗੀ ਹੈ ਕੀਮਤ ਡਿਮਾਂਡ 3,50,000। ਲਓ ਜੀ ਦੋਸਤਾਂ ਚੈੱਕ ਕਰ ਲਓ ਮਾਸ਼ਾਅੱਲਾ। ਅੱਗੇ ਆ ਗਈ ਹੈ ਨੰਬਰ 2 ਤੇ ਗੱਬਣ ਆ, ਗੱਬਣ ਦੇ ਜਿਹਨੂੰ ਆਉਂਦੇ ਨੇ ਗਾਰ ਡੱਬੀ। ਦੂਸਰਾ ਸੂਆ ਸੋਹਣਾ, ਲਾਵੀ ਦੋਸਤਾਂ ਵੇਖ ਲੈਣੀ ਫਿਲਹਾਲ ਕੱਚੀ। ਜਾਨਵਰ ਮਾਸ਼ਾਅੱਲਾ ਗਾਵਾਂ ਦੋਵੇਂ ਨਸਲੀਆਂ ਨੇ ਤੇ ਵੱਡੀ ਜੀ ਸੰਮਤ ਵਾਲੀਆਂ ਨੇ। ਨਸਲ ਕੀ ਭਾਈ ਯਾਸੀਨ ਦੀ? ਜਰਸੀ ਤੇ ਫ੍ਰੀਜ਼ੀਅਨ ਕ੍ਰਾਸ। ਠੀਕ ਠੀਕ ਹੈ ਸਰ, ਲੈ ਚਲੋ। ਥਣ ਦੋਸਤਾਂ ਫਿਰ ਚੈੱਕ ਕਰ ਰਹੇ ਨੇ ਸੋਹਣੇ ਥਣ ਨੇ, ਲਾਮੀ ਦੋਸਤਾਂ ਦੇ ਸਾਹਮਣੇ ਜਰਸੀ ਤੇ ਫ੍ਰੀਜ਼ੀਅਨ ਗੱਬਣ ਜੀ। ਭਾਈ ਯਾਸੀਨ ਸਾਹਿਬ, ਵੈੜ ਨੰਬਰ 2 ਦਾ ਰੇਟ? ਫਿਲਹਾਲ ਕੱਚੀ ਹੈ ਜੀ ਜੀ, ਦੇਖ ਲਾ ਹੜੀ ਰਹਿਣ ਦੀ ਐਤਵਾਰੀ ਮੈਂ ਤੇ ਨਾ ਰਹਿਣ ਦੇ। ਚਲੋ ਕੋਈ ਨੀ, ਤੁਹਾਡੇ ਕੋਲ ਸਾਰੀਆਂ ਮੱਝਾਂ ਦੇ ਵੀ ਲਵਾਏ ਨੇ 12 ਜਾਨਵਰਾਂ ਦੇ, ਤੇ ਫਿਰ ਵੀ ਅਗਰ ਕਿਸੇ ਦੀ ਸਮਝ 'ਚ ਆ ਗਈ, ਤੁਹਾਡੀ ਸਮਝ 'ਚ ਵੀ ਆ ਗਈ, ਜਿਹੜਾ ਦੋਸਤ ਰਾਬਤਾ ਕਰੇ ਤਾਂ ਉਹਦੇ ਨਾਲ ਕੋਈ ਪਿਆਰ ਮੁਹੱਬਤ ਕਰ ਲੈਣਾ। ਇਨਸ਼ਾਅੱਲਾ ਜ਼ਰੂਰ ਜੀ। ਠੀਕ ਹੈ, ਲਓ ਦੋਸਤੋ ਇਹ ਕੱਚੀ ਹੈ ਮਾਸ਼ਾਅੱਲਾ ਜੀ, ਦੂਸਰਾ ਸੂਆ ਨੇ ਸੋਹਣਾ, ਤੇ ਇਹ ਚੈੱਕ ਕਰੋ ਜੀ, ਸ਼ਰਾਫਤ ਵੀ ਵੇਖ ਲੈਣੀ ਤੇ 10 ਕੁ ਦਿਨ ਲੈਂਦੀ ਹੈ ਭਾਈ ਜਰਸੀ ਤੇ ਫ੍ਰੀਜ਼ੀਅਨ। ਸੋਹਣੇ ਲੱਗੇ ਨੇ ਮਾਸ਼ਾਅੱਲਾ ਜੀ ਮੱਝਾਂ ਵਾਲੇ, ਤੇ ਨੰਬਰ ਸਕਰੀਨ ਤੇ ਆ ਰਹੇ ਨੇ, ਦੋਸਤ ਰਾਬਤਾ ਕਰ ਸਕਦੇ ਨੇ। ਪਿੱਛੇ ਜਿਹੜੀ ਪਹਿਲੀ ਚੈੱਕ ਕਰਾਈ ਉਹਦੇ ਮਗਰ ਬੱਚਾ ਸੀ ਨਾ? ਹਾਂਜੀ ਹਾਂਜੀ ਠੀਕ। ਮਜ਼ੀਦ ਕੋਈ ਦੋਸਤਾਂ ਵਾਸਤੇ ਪੇਗਾਮ? ਬਸ ਭਰਾਵਾਂ ਨੂੰ ਇਹੀ ਹੈ ਕਿ ਆਉਣ ਡੇਰੇ ਦਾ ਵਿਜ਼ਿਟ ਕਰਨ, ਆਪੀ ਚੋ ਕੇ ਪਸੰਦ ਕਰਕੇ ਤੇ ਖੜਨ, ਠੀਕ ਹੈ। ਇਨਸ਼ਾਅੱਲਾ ਮਾਲ ਵਿਕਦਾ ਪਿਆ ਰੋਜ਼ਾਨਾ, ਘੰਟੇ ਡੇਢ ਵਿਕ ਜਾਂਦਾ, ਵੀਡੀਓ ਜਿੱਦਾਂ ਬਣਾਈ ਘੰਟੇ ਡੇਢ 'ਚ ਮਾਲ ਵਿਕ ਜਾਂਦਾ ਜੀ ਜੀ। ਉਹ ਹੋਰ ਵੀ ਲਿਆਈਦਾ, ਉਹ ਵਾਲ ਸਾਹਿਬ ਆਉਂਦੇ ਪਏ ਤੇ ਹੋਰ ਲਿਆਈ ਆਇਆ ਕਰ ਤੂੰ। ਜ਼ਿੰਦਾਬਾਦ। ਅੱਜ ਗਾਵਾਂ 2 ਵੇਚੀਆਂ ਨੇ ਅੱਗੇ ਮਾਸ਼ਾਅੱਲਾ। ਹਾਂਜੀ ਚਲੋ ਸਰ, ਅੱਲਾ ਜ਼ਾ ਤੁਹਾਡੇ ਕਾਰੋਬਾਰ 'ਚ ਮਜ਼ੀਦ ਬਰਕਤ ਅਤਾ ਫਰਮਾਏ, ਇਹ ਚਾਚੇਰਾਂ ਦੀ ਵੀ ਮਿਹਨਤ ਤੇ ਤੁਹਾਡੀ ਮਿਹਨਤ ਤੇ। ਇਨਸ਼ਾਅੱਲਾ ਇਨਸ਼ਾਅੱਲਾ ਜੀ। ਭਾਈ ਯਾਸੀਨ ਸਾਹਿਬ ਬਹੁਤ ਸ਼ੁਕਰੀਆ ਜੀ, ਇਜਾਜ਼ਤ ਚਾਹੁੰਦੇ ਹਾਂ, ਅੱਲਾ ਹਾਫਿਜ਼।